ਲੁਧਿਆਣਾ ਵਿਖੇ ਰਾਕੇਸ਼ ਕੁਮਾਰ ਅਗਰਵਾਲ ਨੇ ਪੁਲਿਸ ਕਮਿਸ਼ਨਰ ਦਾ ਚਾਰਜ ਸੰਭਾਲਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਹਿਲਾਂ ਵੀ ਲੁਧਿਆਣਾ ਵਿੱਚ ਸੇਵਾ ਨਿਭਾ ਚੁੱਕੇ ਹਨ। ਉਹਨਾਂ ਕਿਹਾ ਕਿ ਲੁਧਿਆਣੇ ਨੂੰ ਨਸ਼ਾ ਮੁਕਤ ਅਤੇ ਕ੍ਰਾਈਮ ਮੁਕਤ ਬਣਾਉਣ ਦੀ ਮੇਰੀ ਪੁਰਜ਼ੋਰ ਕੋਸ਼ਿਸ਼ ਰਹੇਗੀ। ਉਹਨਾਂ ਆਮ ਜਨਤਾ ਬਾਰੇ ਬੋਲਦਿਆਂ ਕਿਹਾ ਕਿ ਪਬਲਿਕ ਅਤੇ ਪੁਲਿਸ ਵਿੱਚ ਨੇੜਤਾ ਨੂੰ ਵਧਾਉਣ ਲਈ ਵੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਲੋਕ ਕ੍ਰਾਈਮ ਦੇ ਖਿਲਾਫ਼ ਪੁਲਿਸ ਦਾ ਸਹਿਯੋਗ ਕਰਨ ਲਈ ਨਾ ਝਿਜਕਣ। ਦੇਖੋ, ਲੁਧਿਆਣੇ ਮੈਂ ਪਹਿਲਾਂ ਵੀ ਰਹਿ ਚੁੱਕਿਆ। 2007 ਦੇ ਵਿੱਚ ਮੈਂ ਇੱਥੇ SPCT ਬਤੌਰ ਸੇਵਾਵਾਂ ਨਿਭਾਈਆਂ ਹੈ। ਮੈਨੂੰ ਲੁਧਿਆਣੇ ਦੇ ਬਾਰੇ ਕਾਫ਼ੀ ਕੁਛ ਪਤਾ ਹੈ ਅਤੇ ਕਾਫ਼ੀ ਕੁਛ, ਕਿਉਂਕਿ ਇਹਨਾਂ 10-12 ਸਾਲਾਂ ਦੇ ਵਿੱਚ ਕਾਫ਼ੀ ਕੁਛ ਚੇਂਜਸ ਹੋਏ ਹਨ, ਉਹ ਉਸ ਬਾਰੇ ਵੀ ਅਸੀਂ ਸਲਾਹ ਕਰਾਂਗੇ। ਅਤੇ ਮੇਰੀ ਪ੍ਰਿਓਰਿਟੀਜ਼ ਰਹਿਣਗੀਆਂ ਕਿ ਪਬਲਿਕ ਨੂੰ ਇੱਕ ਟਰਾਂਸਪੇਰੈਂਟ ਐਂਡ ਐਫੀਸ਼ੀਐਂਟ ਪੁਲਿਸਿੰਗ ਸਿਸਟਮ ਦਿੱਤਾ ਜਾਵੇ। ਟ੍ਰੈਫਿਕ ਦੇ ਵਿੱਚ ਕਾਫ਼ੀ ਸੁਧਾਰ ਦੀ ਲੋੜ ਹੈ, ਟ੍ਰੈਫਿਕ ਦੇ ਵਿੱਚ ਸੁਧਾਰ ਕੀਤਾ ਜਾਵੇ ਐਂਡ ਪਬਲਿਕ ਨੂੰ ਨਾਲ ਲੈ ਕੇ ਕਮਿਊਨਿਟੀ ਪੁਲਿਸਿੰਗ ਨੂੰ ਅੱਗੇ ਵਧਾਇਆ ਜਾਵੇ। ਜੋ ਵੀ ਪ੍ਰੋਜੈਕਟਸ ਸੁਖਚੈਨ ਸਿੰਘ ਗਿੱਲ ਪੁਰਾਣੇ ਕਮਿਸ਼ਨਰ ਸਾਹਿਬ ਨੇ ਸ਼ੁਰੂ ਕੀਤੇ ਸੀ ਉਹ ਸਾਰੇ ਹੀ ਜਾਰੀ ਰਹਿਣਗੇ। ਉਹਨਾਂ ਦੇ ਵਿੱਚ ਔਰ ਵੀ ਜੋ ਅਸੀਂ ਕੁਛ ਉਹਨਾਂ ਨੂੰ ਬਿਹਤਰ ਬਣਾ ਸਕਦੇ ਹਾਂ ਉਹ ਅਸੀਂ ਕੋਸ਼ਿਸ਼ ਕਰਾਂਗੇ। ਪਬਲਿਕ ਵੀ ਵਿਲ ਲਾਂਚ ਸਕੀਮਸ ਇਨ ਕਮਿੰਗ ਡੇਜ਼, ਜਿਸ ਕਿ ਪਬਲਿਕ ਔਰ ਪੁਲਿਸ ਦੇ ਵਿੱਚ ਜੋ ਨੇੜਤਾ ਹੈ ਉਹ ਉਹਦੇ ਵਿੱਚ ਇਜਾਫਾ ਹੋਵੇ ਐਂਡ ਪਬਲਿਕ ਸ਼ੁੱਡ ਕੰਸੀਡਰ ਪੁਲਿਸ ਐਜ ਦੇਅਰ ਫਰੈਂਡ। ਜੋ ਨਸ਼ਾ ਮੁਕਤੀ ਕੈਂਪੇਨ ਸਰਕਾਰ ਦੀ ਚੱਲ ਰਹੀ ਹੈ, ਨਸ਼ਿਆਂ ਦੇ ਖਿਲਾਫ ਜੰਗ ਜੋ ਚੱਲ ਰਹੀ ਹੈ, ਉਹ ਉਸਨੂੰ ਅਸੀਂ ਔਰ ਵੀ ਤੇਜ਼ੀ ਨਾਲ ਜਾਰੀ ਰੱਖਾਂਗੇ। ਉਹਦੇ ਵਿੱਚ ਜੋ ਜੋ ਵੀ ਕਮੀਆਂ ਸਾਹਮਣੇ ਆਈਆਂ ਹਨ ਪਿੱਛੇ, ਉਹਨਾਂ ਨੂੰ ਦੂਰ ਕਰਾਂਗੇ ਐਂਡ ਇਹ ਸਭ ਤੋਂ ਨੰਬਰ 1 ਪ੍ਰਾਇਓਰਟੀ ਨਸ਼ਿਆਂ ਦੇ ਖਿਲਾਫ ਜੰਗ ਜੋ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਰਹੇਗੀ। ਸਰ, ਮੋਟਰ ਵਹੀਕਲ ਕਾ ਜੋ ਰੂਲ ਆਇਆ ਵੋ ਲਾਗੂ ਹੋਗਾ ਪੰਜਾਬ ਮੇਂ ਜਾਂ ਲੁਧਿਆਣਾ? ਇਸ ਬਾਰੇ ਜੋ ਡਿਸੀਜ਼ਨ ਹੈ ਇਹ ਚੰਡੀਗੜ੍ਹ ਲੈਵਲ 'ਤੇ ਹੋਣਾ, ਜੋ ਵੀ ਉਸ ਬਾਰੇ ਜੋ ਵੀ ਡਿਸੀਜ਼ਨ ਹੋਏਗਾ ਉਸਨੂੰ ਅਸੀਂ ਫੋਲੋ ਕਰਾਂਗੇ, ਲੇਕਿਨ ਟ੍ਰੈਫਿਕ ਦੇ ਵਿੱਚ ਅਸੀਂ ਸੁਧਾਰ ਜ਼ਰੂਰ ਕਰਾਂਗੇ। ਕ੍ਰਾਈਮ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਪੁਲਿਸ ਦਾ ਮੇਨ ਰੋਲ ਹੈ ਐਂਡ ਪ੍ਰਾਇਮਰੀ ਡਿਊਟੀ ਹੈ, ਉਹ ਤਾਂ ਅਸੀਂ ਕਰਨਾ ਹੀ ਕਰਨਾ ਹੈ। ਉਹਦੇ ਵਿੱਚ ਅਸੀਂ ਟੈਕਨੋਲੋਜੀ ਨੂੰ ਯੂਜ਼ ਕਰਾਂਗੇ ਐਂਡ ਤਾਂ ਕਿ ਜੋ ਵੀ ਸਾਇੰਟੀਫਿਕ ਤਰੀਕੇ ਨਾਲ ਜੋ ਇਨਵੈਸਟੀਗੇਸ਼ਨ ਹੁੰਦੀ ਹੈ ਉਸ ਨੂੰ ਯੂਜ਼ ਕਰਾਂਗੇ। ਉਹਦੇ ਬਾਰੇ ਟ੍ਰੇਨਿੰਗ ਆਪਣੇ ਸਟਾਫ ਨੂੰ ਦਿਲਾਵਾਂਗੇ ਤਾਂ ਕਿ ਜੋ ਡਿਟੈਕਸ਼ਨ ਹੈ ਉਹ ਵੀ ਪ੍ਰੋਪਰ ਹੋਵੇ ਐਂਡ ਕਨਵਿਕਸ਼ਨ ਹੈ ਉਸ ਦੇ ਵਿੱਚ ਵੀ ਜਾਵੇ। ਇਸ ਬਾਰੇ ਮੈਨੂੰ ਹਾਲੇ ਕੋਈ ਨੌਲੇਜ ਨਹੀਂ ਹੈ, ਲੇਕਿਨ ਫਿਰ ਵੀ ਅਸੀਂ ਆਫੀਸਰਸ ਤੋਂ ਮੈਕਸੀਮਮ ਕੰਮ ਲਵਾਂਗੇ ਐਂਡ ਉਹਨਾਂ ਦੀ ਇੱਕ ਵਰਕ ਡਿਸਟ੍ਰੀਬਿਊਸ਼ਨ ਨੂੰ ਬਿਹਤਰ ਬਣਾਵਾਂਗੇ। ਸਰ, ਅੱਜ ਪਹਿਲਾ ਦਿਨ ਆਪਕਾ ਕਿਆ ਮੈਸੇਜ ਪਾਸ ਕਰਨਾ ਚਾਹੇਂਗੇ ਲੁਧਿਆਣਾ ਵਾਸੀਆਂ ਕੋ? ਲੁਧਿਆਣਾ ਵਾਸੀਆਂ ਕੋ ਮੇਰਾ ਮੈਸੇਜ ਇਹੀ ਰਹੇਗਾ ਕਿ ਜੋ ਆਗੇ ਆਉਣ ਵਾਲੇ ਦਿਨਾਂ ਮੇਂ ਹਮ ਇੱਕ ਸਵੱਛ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਲੁਧਿਆਣਾ ਕੋ ਦੇਂਗੇ, ਜਿਸਮੇਂ ਕਿ ਜੋ ਲੋਕ ਕਾਨੂੰਨ ਕਾ ਪਾਲਨ ਕਰਤੇ ਹੈ ਉਨਕੋ ਪੁਲਿਸ ਕੇ ਉੱਪਰ ਗਰਵ ਹੋ ਔਰ ਜੋ ਲੋਕ ਕਾਨੂੰਨ ਕੀ ਉਲੰਘਨਾ ਕਰਤੇ ਹੈ ਉਨਕੇ ਮਨ ਮੇਂ ਡਰ ਹੋ। ਠੀਕ ਹੈ। ਕੈਮਰਾਮੈਨ ਟਿੰਕੂ ਦੇ ਨਾਲ ਬਿਊਰੋ ਰਿਪੋਰਟ, KDT ਨਿਊਜ਼, ਲੁਧਿਆਣਾ।